ਗੋਡੇ ਬਦਲਾਉਣ ਦੇ ਲਈ ਡਾਕਟਰਾਂ ਨੂੰ ਰੋਬੋਟ ਲਿਆਉਣੇ ਪੈ ਗਏ, ਮਰੀਜ਼ ਇੰਨੇ ਵੱਧ ਗਏ ਆਉਂਦੇ ਵੀ ਚੱਲ ਰੋਬੋਟ ਲਾ ਦਿਓ ਆਪੇ ਬਦਲੀ ਜਾਵੇ। ਇਹ ਵਜ੍ਹਾ ਕੀ ਮੰਨਦੇ ਹੋ, ਗੋਡੇ ਕਿਉਂ ਖਰਾਬ ਹੋ ਰਹੇ ਨੇ? ਕਈ ਲੋਕ ਇਹੋ ਜਿਹੇ ਨੇ ਜਿਹੜੇ ਸਵੇਰੇ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਆ। ਪਹਿਲਾ ਖੁਰਾਕ ਉਹਨਾਂ ਦਾ ਗਰਮ ਪਾਣੀ ਹੁੰਦਾ। ਇਹ ਇੱਕ ਨੋਰਮਲ ਚੀਜ਼ ਆ, ਕਿਸੇ ਗ੍ਰੰਥ 'ਚ ਨਹੀਂ ਲਿਖੀ ਹੋਈ, ਇਹ ਲੋਕਾਂ ਨੇ ਆਪ ਹੀ ਬਣਾ ਲਿਆ। ਕੁਛ ਨਾ ਉਹਦਾ ਕੋਈ ਬੈਨੀਫਿਟ ਮਿਲਿਆ, ਉਲਟਾ ਯੂਰਿਕ ਐਸਿਡ ਵੱਧ ਗਿਆ, ਗੋਡਿਆਂ 'ਚ ਦਰਦ ਹੋਣ ਲੱਗ ਗਿਆ, ਗਿੱਟਿਆਂ 'ਚ ਦਰਦ ਹੋਣ ਲੱਗ ਗਿਆ। ਅੱਜ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਵੀ ਹਾਂ ਯਾਰ, ਮੈਂ ਤਾਂ 10 ਸਾਲ ਦਾ ਪੀਣ ਜਾਂਦਾ ਤਾਂ ਸੱਚਿਓ ਕੁਛ ਹੋ ਰਿਹਾ। ਜਲੰਧਰ ਰਹਿਣ ਕਰਕੇ ਅਕਸਰ ਲੋਕਾਂ ਦੀ ਕਾਲ ਆਉਂਦੀ ਹੈ, ਕਿਉਂਕਿ ਜਲੰਧਰ ਹਸਪਤਾਲਾਂ ਦਾ ਗੜ੍ਹ ਮੰਨਿਆ ਜਾਂਦਾ ਹੈ, ਅਤੇ ਮਲਵਈਆਂ ਦੀ ਕਾਲ ਆਉਂਦੀ ਹੈ ਕਿ ਗੋਡੇ ਬਦਲਾਉਣੇ ਆ, ਚੰਗਾ ਹਸਪਤਾਲ ਕਿਹੜਾ? ਮੇਰਾ ਖਿਆਲ ਹੈ ਕਿ ਤੁਹਾਡੇ ਆਲੇ ਦੁਆਲੇ ਵੀ ਸ਼ਾਇਦ ਕੋਈ ਟਾਵਾਂ ਹੀ 40 ਸਾਲ ਤੋਂ ਵਧੇਰੇ ਉਮਰ ਦਾ ਵਿਅਕਤੀ ਹੋਊਗਾ ਜਿਹੜਾ ਇਹ ਨਾ ਕਹਿੰਦਾ ਹੋਊਗਾ ਕਿ ਮੇਰੇ ਗੋਡੇ ਬਹੁਤ ਦਰਦ ਕਰਦੇ ਆ, ਜਾਂ ਫਿਰ ਨੌਜਵਾਨ ਇਹ ਗੱਲ ਕਹਿੰਦੇ ਆ ਕਿ ਸਾਡੇ 'ਤੇ ਚੌਂਕੜੀ ਨਹੀਂ ਵੱਜਦੀ, ਚੌਂਕੜੀ ਮਾਰ ਕੇ ਬਹਿੰਦੇ ਹਾਂ ਤਾਂ ਲੱਤਾਂ ਸੌਂ ਜਾਂਦੀਆਂ, ਜੇਕਰ ਕੋਈ ਕੂਹਣੀ ਦੇ ਭਾਰ ਬਹਿੰਦਾ ਹੈ ਤਾਂ ਉਹ ਕਹਿੰਦਾ ਕਿ ਮੇਰੀ ਬਾਂਹ ਸੌਂ ਜਾਂਦੀ ਹੈ। ਇਹ ਹੱਥ ਪੈਰ ਸੌਣ ਦੀ ਸਮੱਸਿਆ ਕੀ ਹੈ, ਗੋਡੇ ਲਗਾਤਾਰ ਕਿਉਂ ਬਦਲਾਉਣੇ ਪੈ ਰਹੇ ਆ, ਗੋਡੇ ਇੰਨੀ ਛੇਤੀ ਖਰਾਬ ਕਿਉਂ ਹੋ ਜਾਂਦੇ ਆ, ਇਹਨਾਂ ਤਮਾਮ ਵਿਸ਼ਿਆਂ 'ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵਕਤ ਮਸ਼ਹੂਰ ਵੈਦ ਸੁਭਾਸ਼ ਗੋਇਲ ਮੌਜੂਦ ਨੇ। ਗੋਇਲ ਸਾਹਿਬ, ਬਹੁਤ ਬਹੁਤ ਸਵਾਗਤ। ਸੋਢੀ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਔਰ ਜਿੰਨੇ ਦਰਸ਼ਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਬਹੁਤ ਹੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਗੋਇਲ ਸਾਹਿਬ, ਮੁਕਤਸਰੋਂ ਮੈਂ ਜਲੰਧਰ ਆ ਗਿਆ, ਮੈਨੂੰ ਮਾਲਵੇ 'ਚੋਂ ਜਦੋਂ ਕੋਈ ਕਾਲ ਆਉਂਦੀ ਹੈ ਤਾਂ ਉਹ ਅਕਸਰ ਇਹ ਪੁੱਛਦੇ ਆ, ਕਹਿੰਦੇ ਯਾਰ ਅਸੀਂ ਗੋਡੇ ਬਦਲਾਉਣੇ ਆ, ਕਹਿੰਦੇ ਜਲੰਧਰ ਬੜਾ ਮਸ਼ਹੂਰ ਹੈ, ਸਾਨੂੰ ਦੱਸੋ ਕਿਹੜੇ ਹਸਪਤਾਲ 'ਚੋਂ ਅਸੀਂ ਗੋਡੇ ਬਦਲਾਈਏ। ਇਹ ਪਿਛਲੇ ਦੌਰ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ IVF ਸੈਂਟਰ 'ਤੇ ਗੋਡੇ ਬਦਲਾਉਣ ਦੇ ਲਈ ਡਾਕਟਰਾਂ ਨੂੰ ਰੋਬੋਟ ਲਿਆਉਣੇ ਪੈ ਗਏ, ਮਰੀਜ਼ ਇੰਨੇ ਵੱਧ ਗਏ ਆਉਂਦੇ ਵੀ ਚੱਲ ਰੋਬੋਟ ਲਾ ਦਿਓ ਆਪੇ ਬਦਲੀ ਜਾਵੇ। ਇਹ ਵਜ੍ਹਾ ਕੀ ਮੰਨਦੇ ਹੋ, ਗੋਡੇ ਕਿਉਂ ਖਰਾਬ ਹੋ ਰਹੇ ਨੇ? ਗੋਡੇ ਖਰਾਬ ਹੋਣ ਦੀ ਸਭ ਤੋਂ ਵੱਡੀ ਵਜ੍ਹਾ ਹੈ ਕਿ ਅਸੀਂ ਜਦੋਂ ਸਵੇਰੇ ਸੁੱਤੇ ਉੱਠਦੇ ਹਾਂ, ਕਈ ਲੋਕ ਇਹੋ ਜਿਹੇ ਨੇ, ਗੌਰ ਕਰਿਓ ਮੇਰੀ ਗੱਲ ਨੂੰ, ਕਈ ਵਾਰੀ ਗੱਲ ਕੋਈ ਕਹਿ ਦਿੰਦਾ ਤਾਂ ਸਮਝ ਆ ਜਾਂਦੀ ਆ। ਕਈ ਲੋਕ ਇਹੋ ਜਿਹੇ ਨੇ ਜਿਹੜੇ ਸਵੇਰੇ ਸਵੇਰੇ ਉੱਠ ਕੇ ਗਰਮ ਪਾਣੀ ਪੀਂਦੇ ਆ। ਪਹਿਲਾ ਖੁਰਾਕ ਉਹਨਾਂ ਦਾ ਗਰਮ ਪਾਣੀ ਹੁੰਦਾ, ਫਿਰ ਉਦੋਂ ਬਾਅਦ ਕੁਛ ਇਹੋ ਜਿਹੇ ਵੀ ਨੇ ਜਿਹੜੇ ਉਹਦੇ ਵਿੱਚ ਨਿੰਬੂ ਪਾਉਂਦੇ ਆ। ਹਾਂਜੀ, ਕਹਿੰਦੇ ਪਤਲੇ ਹੋ ਜਾਂਦੇ। ਹਾਂ, ਫਿਰ ਕੁਛ ਇਹੋ ਜਿਹੇ ਵੀ ਨੇ ਜਿਹੜੇ ਉਹ 'ਚ ਸ਼ਹਿਦ ਵੀ ਪਾਉਂਦੇ ਆ। ਪਾਉਂਦੇ ਆ ਜੀ, ਬਿਲਕੁਲ ਠੀਕ ਹੋ ਗਿਆ ਜੀ। ਇਹ ਇੱਕ ਨੋਰਮਲ ਚੀਜ਼ ਆ, ਕਿਸੇ ਗ੍ਰੰਥ 'ਚ ਨਹੀਂ ਲਿਖੀ ਹੋਈ, ਇਹ ਲੋਕਾਂ ਨੇ ਆਪ ਹੀ ਬਣਾ ਲਿਆ। ਕੁਛ ਮਤਲਬ ਇਹ ਐਸਾ ਬਣਿਆ ਕਿ ਉਹ ਲੋਕ ਲੈਣ ਲੱਗ ਗਏ, ਔਰ ਉਹਨਾਂ ਦਾ ਨਾ ਤਾਂ ਵਜ਼ਨ ਘਟਿਆ, ਨਾ ਉਹਦਾ ਕੋਈ ਬੈਨੀਫਿਟ ਮਿਲਿਆ, ਉਲਟਾ ਯੂਰਿਕ ਐਸਿਡ ਵੱਧ ਗਿਆ, ਗੋਡਿਆਂ 'ਚ ਦਰਦ ਹੋਣ ਲੱਗ ਗਿਆ, ਗਿੱਟਿਆਂ 'ਚ ਦਰਦ ਹੋਣ ਲੱਗ ਗਿਆ। ਅੱਜ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਵੀ ਹਾਂ ਯਾਰ, ਮੈਂ ਤਾਂ 10 ਸਾਲ ਦਾ ਪੀਣ ਜਾਂਦਾ ਤਾਂ ਸੱਚਿਓ ਕੁਛ ਹੋ ਰਿਹਾ, ਕਿਉਂਕਿ ਹੁਣ ਦੱਸਤਾ, ਹੁਣ ਪਤਾ ਲੱਗੂ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਤੁਰੰਤ ਪਾਣੀ ਜਿਹੜਾ ਹੈਗਾ, ਸਵੇਰੇ ਉੱਠ ਕੇ ਜੇ ਤੁਸੀਂ ਨੋਰਮਲ ਪਾਣੀ ਪੀਂਦੇ ਹੋ, ਜਿਹੜਾ ਤੁਹਾਡਾ ਸਿਰਹਾਣੇ ਰੱਖ ਕੇ ਰਾਤ ਨੂੰ ਸੁੱਤਾ, ਉੱਠਣ ਸਾਰ ਬਾਸੀ ਮੂੰਹ, ਜਿਹੜਾ ਮੂੰਹ 'ਚ ਸਲਾਈਵਾ ਹੁੰਦਾ ਉਹ ਤੁਹਾਡੇ ਪੇਟ 'ਚ ਹੀ ਚਲਾ ਜਾਵੇ। ਮਤਲਬ ਮੈਂ ਸੁਣਿਆ ਕਿਤੇ ਕਿ ਜਿਹੜਾ ਸਲਾਈਵਾ ਹੈਗਾ, ਹਾਲੇ ਮੈਂ ਕਨਫਰਮ ਨਹੀਂ ਕਿਸੇ ਵੀਡੀਓ 'ਚ ਤੁਹਾਨੂੰ ਕਨਫਰਮ ਵੀ ਦਊਂਗਾ ਇਹ ਗੱਲ, ਕਿ ਜਿਹੜਾ ਸਾਡਾ ਸਲਾਈਵਾ ਹੈਗਾ ਇਹ 1,000 ਰੁਪਏ ਤੋਲਾ ਵਿਕਦਾ, ਖਰੀਦਿਆ ਜਾਂਦਾ ਹੈ। ਇਹ ਜੇ ਤੁਸੀਂ 1,000 ਤੋਲਾ ਮਹਿੰਗੀ ਚੀਜ਼ ਸਵੇਰੇ ਉੱਠ ਕੇ ਕੁਰਲੀ ਕਰਕੇ ਥੁੱਕ ਦਿੰਦੇ ਹਾਂ ਆਪਾਂ, ਇਹਨੂੰ ਜੇ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਪਾਣੀ ਆਪਣਾ ਨੋਰਮਲ ਪੀਓ, ਇਹ ਅੰਦਰ ਜਾਊਗਾ, ਜੋੜਾਂ 'ਚ ਦਰਦ ਨਹੀਂ ਹੁੰਦਾ, ਪੇਟ ਠੀਕ ਰਹਿੰਦਾ, ਪਾਚਨ ਕਿਰਿਆ ਸਹੀ ਰਹਿੰਦੀ ਆ, ਇਹਦੇ ਬੈਨੀਫਿਟ ਹੀ ਬਹੁਤ ਆ। ਇੱਕ ਤਾਂ ਇਹ ਚੀਜ਼ ਵੈਸੇ ਮੈਂ ਤੁਹਾਨੂੰ ਦੱਸਤੀ ਗੱਲਾਂ 'ਚੋਂ ਗੱਲ, ਪਰ ਜਿਹੜਾ ਮੁੱਖ ਕਾਰਨ ਆ ਗੋਡਿਆਂ 'ਚ ਦਰਦ ਹੋਣ ਦਾ, ਉਹ ਹੈਗਾ ਕਿ ਸਾਡੇ ਸਰੀਰ ਦੇ ਅੰਦਰ ਜਿਹੜਾ ਹੈਗਾ ਸਹੀ ਭੋਜਨ ਜਾ ਨਹੀਂ ਰਿਹਾ।